ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਰ। ਜਿਹੜਾ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਨੂੰ ਕੂਚ ਕੀਤਾ ਗਿਆ ਜੀ, ਉਹ ਹਰਿਆਣੇ ਦੇ ਬਾਰਡਰ 'ਤੇ ਜਿਹੜਾ ਆਪਣੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ, ਉਹਦੇ ਸੰਬੰਧੀ ਕੀ ਕਹਿਣਾ ਚਾਹੂੰਗੇ ਜੀ? ਸਰ ਜੀ, ਮੈਂ ਰਣਜੀਤ ਸਿੰਘ ਸਿੱਧੂ, ਪ੍ਰਧਾਨ ਜਨਰਲ ਕੈਟਾਗਰੀ, ਡਿਸਟ੍ਰਿਕਟ ਪਟਿਆਲਾ, ਸਟੇਟ ਦਾ ਮੈਂ ਜਨਰਲ ਸੈਕਟਰੀ ਹਾਂ। ਸਾਡੀ ਜਥੇਬੰਦੀ ਹੈ ਜਿਹੜੀ, ਉਹ ਪੂਰਨ ਸਮਰਥਨ ਕਰਦੀ ਹੈ ਕਿਸਾਨੀ ਸੰਘਰਸ਼ ਦੇ ਵਿੱਚ, ਤਨੋ ਮਨੋ ਧਨੋ। ਕੱਲ੍ਹ ਵੀ ਸਾਡੀ ਖਬਰ ਆ ਕੇ ਗਈ ਹੈ ਅਖਬਾਰਾਂ ਦੇ ਵਿੱਚ, ਅਤੇ ਕੱਲ੍ਹ ਨੂੰ ਹੋਰ ਆ ਜਾਣਗੀਆਂ ਖਬਰਾਂ। ਅਤੇ ਤੁਸੀਂ ਵਧੀਆ ਸਾਡੇ ਕੋਲ ਆ ਗਏ, ਅਤੇ ਉਹਦੇ ਵਿੱਚ ਇਹ ਹੈ ਵੀ ਹਰਿਆਣਾ ਸਰਕਾਰ ਨੂੰ ਲੋੜ ਨਹੀਂ ਸੀਗੀ ਵੀ ਇੱਕ ਹਾਈਵੇ ਨੂੰ ਬੰਦ ਕਰਨ ਦੀ। ਜੇ ਤਾਂ ਅਸੀਂ ਹਰਿਆਣੇ ਦਾ ਕੋਈ ਕਿਸਾਨ ਜਥੇਬੰਦੀ ਆ ਕੋਈ ਨੁਕਸਾਨ ਕਰਦੀ ਹਾਂ, ਫਿਰ ਹਰਿਆਣਾ ਸਰਕਾਰ ਕੋਈ ਮਰਜ਼ੀ ਕੁਛ ਕਰ ਸਕਦੀ ਤੀ। ਇਹ ਦੇਖੋ, ਸਟੇਟ ਦੀ ਸਾਡੀ ਨੈਸ਼ਨਲ ਲੈਵਲ ਦੀ ਇਹ ਸੜਕ ਆ ਸਾਡੀ, ਜਰਨੈਲੀ ਸੜਕ, ਜਿਹਨੂੰ ਸੇਰਸਾ ਸੂਰੀ ਮਾਰਗ ਕਹਿੰਦੇ ਨੇ। ਇਹਦੇ 'ਤੇ ਸਰਕਾਰ ਨੂੰ ਲੋੜ ਨਹੀਂ ਸੀਗੀ ਇਹ ਗੱਲਾਂ ਕਰਨ ਦੀ। ਉਹ ਇਹਦੇ ਵਿੱਚ ਇਹੀ ਹੈ ਕਿਉਂਕਿ ਇਹ ਕੇਂਦਰ ਸਰਕਾਰ ਦਾ ਪਿੱਠੂ ਹੈ, ਕਿਉਂਕਿ ਉੱਥੇ ਵੀ BJP ਦੀ ਸਰਕਾਰ ਹੈ, ਹਰਿਆਣੇ 'ਚ ਵੀ BJP ਦੀ ਸਰਕਾਰ ਹੈ। ਇਸ ਕਰਕੇ ਇਹ ਜਾਣ ਕੇ ਮਤਲਬ, ਬਿਨਾਂ ਮਤਲਬ ਤੋਂ ਤੂੰ ਕੌਣ ਮੈਂ ਖਾਮਖਾ। ਅਗਲੀ ਗੱਲ ਇਹ ਹੈ ਵੀ ਜੇ ਕਿਸਾਨਾਂ ਨੇ ਕੋਈ ਗਲਤ ਐਕਸ਼ਨ ਲਿਆ ਹੁੰਦਾ, ਅਸੀਂ ਫਿਰ ਵੀ ਮੰਨ ਲੈਂਦੇ ਵੀ ਅਥਰੂ ਗੈਸ ਸਿੱਟਣ ਦੀ ਲੋੜ ਸੀ, ਪਰੰਤੂ ਉਹਦਾ ਸ਼ਾਂਤ ਵਾਤਾਵਰਨ ਨਾਲ ਜਾ ਰਹੇ ਸੀਗੇ, ਆਰਾਮ ਨਾਲ ਜਾ ਰਹੇ ਸੀਗੇ, ਟਰੈਕਟਰਾਂ ਟਰਾਲੀਆਂ ਦੇ ਵਿੱਚ ਜਾ ਰਹੇ ਸੀ, ਕਿਸੇ ਕੋਲ ਕੋਈ ਹਥਿਆਰ ਨਹੀਂ ਸੀ, ਅਤੇ ਉਹ ਤਾਂ ਲੰਘ ਰਹੇ ਸੀ। ਉਹਨਾਂ ਤੋਂ ਪਹਿਲਾਂ ਹੀ 13 ਤਰੀਕ ਤੋਂ ਪਹਿਲਾਂ ਹੀ ਇਹਨਾਂ ਨੇ ਵੱਡੀਆਂ ਵੱਡੀਆਂ ਬਜਰੀ ਦੀਆਂ ਕੰਧਾਂ ਕਰਤੀਆਂ, ਅਤੇ ਮੇਰਾ ਖਿਆਲ ਹੈ ਵੀ 6-6, 7-7 ਸੂਤ ਦੇ ਮੋਟੇ ਜਿਹੜੇ ਸਰੀਏ ਨੇ ਤਿੱਖੇ ਕਰਕੇ ਉੱਪਰ ਨੂੰ ਗੱਡੇ ਗਏ ਨੇ। ਤੁਸੀਂ ਨੇ ਵੀ, ਕਿਉਂਕਿ ਇਲੈਕਟ੍ਰੋਨਿਕ ਮੀਡੀਆ ਤਾਂ ਸਾਨੂੰ ਦਿਖਾ ਦਿੰਦਾ, ਉਹਦੇ ਵਿੱਚ ਤਾਂ ਸਾਰਾ ਕੁਛ ਦੇਖ ਲਿਆ ਅਸੀਂ ਨੇ ਵੀ ਕਿਵੇਂ ਉਹਨਾਂ ਨੇ ਕੰਕਰ ਗੱਡੇ ਨੇ, ਉਹਨਾਂ ਦੀ ਕੀ ਲੋੜ ਸੀ। ਇੱਕ ਸਾਂਝੀ ਜਿਹੜੀ ਕੇਂਦਰ ਦੀ ਮਤਲਬ ਸੜਕ ਹੋਵੇ, ਉਹਦੇ ਉੱਤੇ ਇੱਕ ਸਟੇਟ ਦਾ ਕੀ ਹੱਕ ਬਣਦਾ? ਇਹ ਸਰ ਸਾਡਾ ਹੱਕ ਵੀ ਹੈ ਵੀ ਅਸੀਂ ਦੇਖੋ ਸੜਕ 'ਤੇ ਦਿੱਲੀ ਕਿਤੇ ਵੀ ਜਾ ਸਕਦੇ ਹਾਂ, ਉੱਥੇ ਸਾਨੂੰ ਕੋਈ ਸਟੇਟ ਦੀ ਸਰਕਾਰ ਰੋਕ ਨਹੀਂ ਸਕਦੀ ਹੈਗੀ ਜੀ। ਜੇ ਅਸੀਂ ਕੋਈ ਉੱਥੇ ਧਰਨਾ ਲਾਉਂਦੇ ਤਾਂ ਸਾਨੂੰ ਰੋਕ ਸਕਦੀ ਹੈ। ਇਹ ਵੀ ਇੱਕ ਹਰਿਆਣਾ ਸਰਕਾਰ ਧੱਕਾ ਕਰ ਰਹੀ ਹੈ ਜੀ। ਹਾਂਜੀ, ਹਰਿਆਣਾ ਸਰਕਾਰ ਸ਼ਰਮ ਕਰ ਰਹੀ ਆ। ਦੇਖੋ, ਅਸੀਂ ਤਾਂ ਸੰਘਰਸ਼ ਲਾਉਣ ਜਾ ਹੀ ਰਹੇ ਹਾਂ, ਅਸੀਂ ਤਾਂ ਲਾਉਣਾ ਹੀ ਲਾਉਣਾ। ਜਿਹੜੇ ਆਮ ਲੋਕ ਨੇ, ਜਿਵੇਂ ਹੁਣ ਦਿੱਲੀ ਕਿਸੇ ਨੇ ਏਅਰਪੋਰਟ 'ਤੇ ਜਾਣਾ, ਜਾਂ ਕੋਈ ਬਿਜ਼ਨਸ ਵਾਲੇ ਨੇ, ਜਾਂ ਸਾਡੇ ਟਰੱਕ ਨੇ, ਜਿਹੜਾ ਫੂਡ ਪ੍ਰੋਸੈਸਿੰਗ ਦਾ ਜੋ ਸਮਾਨ ਆਉਂਦਾ, ਕੋਈ ਤੇਲ ਆਉਂਦਾ, ਇਸੇ ਸੜਕ ਰਾਹੀਂ ਆ ਰਿਹਾ ਸਾਡਾ ਸਟੇਟ ਨੂੰ, ਅਤੇ ਉਹ ਸਟੇਟ ਜਦੋਂ ਬੰਦੇ ਹੋ ਜੂਗੀ ਤਾਂ ਉਹ ਆਉਣਾ ਜਾਣਾ ਜਿਹੜਾ ਸਮਾਨ ਹੈ ਉਹਦੇ ਵਿੱਚ, ਨਾਲੇ ਤਾਂ ਰਾਹਗੀਰੀ ਤੰਗ ਹੁੰਦੇ ਨੇ, ਨਾਲੇ ਸਾਡਾ ਜਿਹੜਾ ਇਹ ਬਿਜ਼ਨਸ ਹੈ ਇਹ ਵੀ ਠੰਡਾ ਹੋ ਗਿਆ, ਕਿਉਂਕਿ ਜਦੋਂ ਸਮਾਨ ਉੱਧਰਲਾ ਇੱਧਰ ਨਹੀਂ ਜਾਊਗਾ, ਇੱਧਰਲਾ ਉੱਧਰ ਨਹੀਂ ਜਾਊਗਾ, ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆਰਥਿਕ ਹਾਲਤ ਹੈ ਜਿਹੜੀ, ਉਹ ਸਟੇਟ ਦੀ ਵੀ ਡਾਊਨ ਹੋਊਗੀ ਅਤੇ ਕੇਂਦਰ ਦੀ ਵੀ ਡਾਊਨ ਹੋਊਗੀ। ਜਿਵੇਂ ਸਰ ਇੰਨਾ ਇਹਨਾਂ ਨੇ ਸਖਤਾਈ ਕੀਤੀ ਹੈ, ਇੰਨੇ ਕਿੱਲ ਲਾਏ ਹੋਏ ਨੇ ਬਾਰਡਰ, ਇਹੋ ਜਿਹਾ ਤਾਂ ਆਪਾਂ ਪਾਕਿਸਤਾਨ ਜਾਂ ਬਾਰਡਰ ਦੇਖੀਏ, ਕੋਈ ਬਾਰਡਰ ਵੀ 'ਤੇ ਵੀ ਧੱਕਾ ਕਰਿਆ ਜਾਂਦਾ, ਕਿੰਨਾ ਇਹਨਾਂ ਸੜਕਾਂ 'ਤੇ ਕਰਿਆ ਧੱਕਾ ਜੀ। ਵੈਸੇ ਇੱਕ ਗੱਲ ਤਾਂ ਹੈਗੀ ਹੈ ਜੀ, ਹੁਣ ਮੌਕਾ ਹੈ, ਕੇਂਦਰ ਸਰਕਾਰ ਐਲਾਨ ਇਹ ਦੇਵੇ ਹੁਣ ਤਾਂ ਵੀ ਪੰਜਾਬ ਵੱਖਰਾ ਹੀ ਆ। ਬਿਲਕੁਲ, ਜਿਹੜੇ ਹਿਸਾਬ ਨਾਲ ਮਤਲਬ ਉਹ ਕਰਿਆ ਇਹਨਾਂ ਨੇ ਕੰਮ, ਇਸ ਲੋਟ ਦਾ ਕੋਈ ਗੁਆਂਢੀ ਦੁਸ਼ਮਣ ਮੁਲਕ ਦੀ ਗੱਲ ਕਰਦਾ ਮੈਂ, ਵੈਸੇ ਤਾਂ ਗੁਆਂਢੀ ਇਹੋ ਜਿਹਾ ਕਰਦਾ ਨਹੀਂ ਹੁੰਦਾ, ਜਿਹੜੇ ਗੁਆਂਢੀ ਦੁਸ਼ਮਣ ਮੁਲਕ ਨੇ ਉਹ ਵੀ ਨਹੀਂ ਐਡਾ ਕੁਛ ਕਰਦੇ ਜਿੰਨਾ ਕੁਛ ਇਹਨਾਂ ਨੇ ਕਰਿਆ। ਸਰ ਇਹ RSS ਦੀ ਕੋਈ ਚਾਲ ਵੀ ਹੋ ਸਕਦੀ ਹੈ ਪੰਜਾਬ ਨੂੰ ਬਦਨਾਮ ਕਰਨ ਦੀ? ਇਹ RSS ਦੀ ਘੱਟ ਹੈ ਜੀ, ਇਹ BJP ਦੀ ਜ਼ਿਆਦਾ ਹੈ, ਕਿਉਂਕਿ ਦੇਖੋ ਹੁਣ ਮੈਂ ਚਲੋ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦਾ, ਮੈਂ ਸਿੱਖ ਹਾਂ, ਕਿਉਂਕਿ ਮੁਸਲਮਾਨ ਵੀ ਸਾਡੇ ਭਰਾ ਨੇ, ਹਿੰਦੂ ਵੀ ਸਾਡੇ ਭਰਾ ਨੇ, ਸਿੱਖ ਤਾਂ ਚਲੋ ਅਸੀਂ ਹੈਗੇ ਹਾਂ, ਸਾਡੇ ਈਸਾਈ ਵੀ ਭਰਾ ਨੇ। ਅਸੀਂ ਜਾਤ ਅਤੇ ਧਰਮ ਦੀ ਲੜਾਈ ਨਹੀਂ ਲੜਨਾ ਚਾਹੁੰਦੇ, ਅਸੀਂ ਸਿਰਫ ਆਪਣੇ ਹੱਕ ਮੰਗਦੇ ਹਾਂ, ਹੱਕਾਂ ਵਾਸਤੇ ਅਸੀਂ ਮਤਲਬ 24 ਘੰਟੇ ਕਿਸਾਨ ਹਾਂ, ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ 24 ਘੰਟੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਕਿਉਂਕਿ ਕੱਲ੍ਹ ਸਾਡੇ ਬੰਦੇ ਕੱਲ੍ਹ ਵੀ ਜਾ ਕੇ ਆਏ ਨੇ, ਇਸ ਕਰਕੇ ਵੀ ਅਸੀਂ ਤਨੋ ਮਨੋ ਧਨੋ ਅਸੀਂ ਉਹਨਾਂ ਨਾਲ ਹਾਂ, ਪਰ ਖੱਟੜ ਸਰਕਾਰ ਹੈ। ਹੁਣ ਇੱਕ ਗੱਲ ਜ਼ਰੂਰ ਮੈਂ ਕਹੂੰਗਾ ਵੀ BJP ਕੱਲ੍ਹ ਬਾਰੇ ਸੋਚੇ ਨਾ ਵੀ ਕੱਲ੍ਹ ਨੂੰ ਉਰੇ ਆ ਕੇ ਪੰਜਾਬ ਦੇ ਵਿੱਚ ਵੋਟਾਂ ਲਊਗੀ, ਕਿਉਂਕਿ ਪੰਜਾਬ ਦੇ ਵਿੱਚੋਂ BJP ਦਾ ਬੰਦਾ ਕੋਈ ਵੀ ਨਹੀਂ ਬੋਲ ਰਿਹਾ। ਮੈਂ ਇਹ ਨਹੀਂ ਗੱਲ ਕਹਿੰਦਾ ਉਹ ਕਿਹੜੇ ਧਰਮ ਨਾਲ ਹੈ, ਕਿਹੜੇ ਕਾਸਟ ਨਾਲ ਹੈ, ਪਰ ਉਹ ਪੰਜਾਬ ਦੀ ਗੱਲ, ਪੰਜਾਬ ਦੀ ਹਾਲਾਤ ਦੀ ਗੱਲ ਚੱਲਦੀ ਹੈ। ਜੇ ਬਰਗਰ ਖਾਣੇ ਨੇ ਤਾਂ ਵੀ ਕਿਸਾਨ ਦੇ ਖੇਤ 'ਚ ਹੋਣਗੇ, ਜੇ ਆ ਦੂਏ ਖਾਣੇ ਨੇ, ਕੁਲਚੇ ਖਾਣੇ ਨੇ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਡਕਟ ਪੈਦਾ ਹੋਣਾ ਹੈ, ਉਹ ਜੇ ਖੇਤਾਂ ਦੇ ਵਿੱਚ ਹੋਊਗਾ ਤਾਂ ਮਿਲੂਗਾ ਜੀ, ਨਹੀਂ ਦੁਕਾਨਾਂ ਵਾਲਿਆਂ ਨੂੰ ਵੀ ਵਿਚਾਰਿਆਂ ਨੂੰ ਔਖਾ। ਇਹ ਤਾਂ ਹੈ ਨਹੀਂ ਵੀ ਕਿਸਾਨ ਬਣਾਉਂਦਾ ਵੀ ਉਹਦੇ ਵਿੱਚ ਇਕੱਲੇ ਤਾਂ ਇੱਕ ਧਰਮ ਨੂੰ ਰੋਟੀ ਮਿਲਣੀ ਆ, ਸਾਰੇ ਆਵਾਮ ਨੂੰ, ਇੰਡੀਆ ਦੇ ਵਿੱਚ ਸਭ ਨੂੰ ਮਤਲਬ ਜਿਹੜਾ 40% ਆ ਉਹ ਪੰਜਾਬ ਇਕੱਲਾ ਦੇ ਰਿਹਾ।
ਜਿਵੇਂ ਸਰ CM ਪੰਜਾਬ ਨੇ ਵੀ ਇਹਨਾਂ ਦੀ ਮੀਟਿੰਗ ਸੈਂਟਰ 'ਤੇ ਪਿਊਸ਼ ਗੋਇਲ ਨਾਲ ਕਰਾਈ ਤੀ ਜੀ, ਉਹ ਸਿਰੇ ਨਹੀਂ ਲੱਗੇ, ਪਤਾ ਨਹੀਂ ਕਹਿੰਦੇ ਕੁਛ ਮੰਗਾਂ ਮੰਨੀਆਂ ਗਈਆਂ ਨੇ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ? ਸਰ ਦੇਖਣਾ ਕੀ ਆ, ਦੇਖੋ ਜਦੋਂ ਭਗਵੰਤ ਮਾਨ ਸਾਹਿਬ ਮੇਰੇ ਵਧੀਆ ਮਿੱਤਰ ਹੁੰਦੇ ਸੀ ਪਹਿਲਾਂ, ਜਦੋਂ ਇਹ ਕਮੇਟੀ ਕਰਦੇ ਹੁੰਦੇ ਸੀ, ਮੈਨੂੰ ਜਥੇਬੰਦੀ ਬਾਰੇ ਮੈਨੂੰ ਖੁਦ ਕਹਿਣਾ, ਮੈਂ ਕਈ ਵਾਰੀ ਕਹਿਣਾ ਇਹਨਾਂ ਨੂੰ ਵੀ ਇਹ ਗੀਤ ਇਸ ਤਰ੍ਹਾਂ ਦੇ ਗਾਓ ਤੁਸੀਂ, ਵੀ ਜਿਵੇਂ ਮਤਲਬ ਵੀ ਕਹਿ ਦੇਣਾ ਵੀ ਗੱਡੀਆਂ ਲੈ ਕੇ ਫਿਰਦੇ ਨੇ, ਟਰੈਕਟਰਾਂ ਦੇ ਬੂਫਰ ਲਾਏ ਹੋਏ ਨੇ, ਇਹ ਇਹਨਾਂ ਨੇ ਬਹੁਤ ਵਧੀਆ ਮਤਲਬ ਕਰਦੇ ਰਹੇ ਨੇ ਕਮੇਟੀ। ਉਸ ਤੋਂ ਬਾਅਦ 'ਚ MP ਰਹੇ ਨੇ, MP ਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ, ਪਰ ਜਦੋਂ ਕਹਿੰਦੇ ਮੇਰੇ ਪਤਾ ਨਹੀਂ ਤਾਂ ਕੁਰਸੀ ਕਰਕੇ ਬੰਦਾ ਭੁੱਲ ਜਾਂਦਾ, ਅਤੇ ਕੋਸ਼ਿਸ਼ ਜ਼ਰੂਰ ਕਰਦੇ ਨੇ, ਪਤਾ ਨਹੀਂ ਇਹਨਾਂ ਦੀ ਹੁਣ ਆਪ 'ਚ ਸਰਕਾਰ ਦੇ ਵਿੱਚ ਕਿਵੇਂ ਆ, ਕਿਉਂਕਿ ਇਹਨਾਂ ਦਾ ਵੀ ਕੇਂਦਰ ਤੋਂ ਹੀ ਬਿੰਦੂ ਚੱਲਦਾ, ਜੋ ਕੇਂਦਰ ਦੇ ਵਿੱਚ ਹੁਕਮ ਹੁੰਦਾ ਉਹੀ ਮੰਨਦੇ ਨੇ, ਇਹ ਵੀ ਕੀ ਕਰਨ ਇਕੱਲੇ। ਸਰ ਜਿਵੇਂ ਦੇਖਿਆ ਗਿਆ ਪਹਿਲਾਂ ਵੀ ਆਪਦੀ 1500 ਦੱਸਿਆ ਗਿਆ ਵੀ ਮੌਤਾਂ ਹੋਈਆਂ ਨੇ ਪਿਛਲੇ ਧਰਨੇ 'ਤੇ, ਜਿਹੜਾ 1 ਸਾਲ 3 ਮਹੀਨੇ ਚੱਲਿਆ ਤੀ ਜੀ, ਕਿਤੇ ਦੁਬਾਰਾ ਉਹ ਜਿਹਾ ਰੂਪ ਤਾਂ ਨਹੀਂ ਧਾਰਿਆ ਜਾ ਸਕਦਾ ਜੀ? ਰੂਪ ਧਾਰਿਆ ਗਿਆ ਜੀ, ਇੱਕ ਬਾਬਾ ਜੀ ਦੀ ਸਾਡੇ ਦੀ ਸ਼ਹੀਦ ਹੋ ਗਏ ਜੀ, ਇੱਕ ਤਾਂ ਬਾਰਡਰ ਦੇ ਉੱਤੇ ਹਾਰਟ ਅਟੈਕ ਹੋ ਗਿਆ ਉਹਨਾਂ ਨੂੰ ਪਰਸੋਂ, ਬਾਕੀ ਫੱਟੜ ਬਹੁਤ, ਬਾਕੀ ਫੱਟੜ ਦਾ ਤਾਂ ਦੇਖੋ ਤੁਹਾਨੂੰ ਪਤਾ ਹੀ ਆ। ਮੇਰਾ ਖਿਆਲ ਆ ਵੀ ਜੇ ਦੁਸ਼ਮਣਾਂ ਦੀ ਲੜਾਈ ਆਪ 'ਚ ਹੁੰਦੀ ਹੋਵੇ, ਮੇਰੇ ਖਿਆਲ ਮੁਤਾਬਕ ਵੀ ਇੰਨੇ ਬੰਦੇ ਫੱਟੜ ਨਹੀਂ ਹੁੰਦੇ ਹੈਗੇ ਜਿੰਨਾ ਇਹਨਾਂ ਨੇ ਕਰਿਆ, ਇਕੱਲਾ ਅਥਰੂ ਗੈਸ ਨਹੀਂ ਸਿੱਟੇ ਹੈਗੇ, ਅਥਰੂ ਗੈਸ ਨਾਲ ਤਾਂ ਸਾਨੂੰ ਪਤਾ ਵੀ ਅੱਖਾਂ ਦੀ ਰੋਸ਼ਨੀ ਦਾ ਥੋੜ੍ਹਾ ਜਿਹਾ ਫਰਕ ਪੈਂਦਾ, ਇਹਨਾਂ ਨੇ ਤਾਂ ਰਬੜ ਦੀਆਂ ਗੋਲੀਆਂ ਅਤੇ ਓਰਿਜਨਲ ਅਸਲੀ ਗੋਲੀਆਂ ਵੀ ਚਲਾਈਆਂ ਨੇ, ਕਿਉਂਕਿ ਸਾਡੇ ਜਿਹੜੇ ਕਿਸਾਨ ਨੇ ਉਹਦੇ ਵਿੱਚ ਹਸਪੀਟਲਾਂ ਦੇ ਵਿੱਚ ਪਏ ਨੇ, ਆ ਸੰਗਰੂਰ ਵੀ ਆ ਗਏ ਸਾਡੇ ਕਾਫੀ ਬੰਦੇ। ਅਤੇ ਸਰ ਹੁਣ ਤੁਹਾਡਾ ਅੱਗੇ ਨੂੰ ਕੀ ਰੂਪ ਰੇਖਾ ਤਿਆਰ, ਅੱਗੇ ਬਾਰੇ ਕੀ ਸੋਚਿਆ, ਕੱਲ੍ਹ ਬਾਰੇ ਜੀ? ਅੱਜ ਤਾਂ ਪੰਜਾਬ ਬੰਦ ਦਾ ਸੱਦਾ ਸੀ, ਪੰਜਾਬ ਵਿੱਚ ਲੋਕਾਂ ਨੇ ਸਾਥ ਦਿੱਤਾ ਤੁਹਾਡਾ ਜੀ? ਸਾਥ ਤਾਂ ਦਿੱਤਾ ਜੀ, ਮੈਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਸਾਡੇ ਸੀਨੀਅਰ ਨੇ, ਸਾਡੇ ਸਤਿਕਾਰਯੋਗ ਨੇ, ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਵੀ ਉਹ ਮਤਭੇਦ ਭੁਲਾ ਕੇ ਉਹ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਕੇ, ਜਿਵੇਂ ਪਹਿਲਾਂ ਮਤਲਬ ਮੋਰਚਾ ਲਾਇਆ ਆਪਾਂ ਨੇ 1.5 ਸਾਲ ਦਿੱਲੀ ਦੇ ਵਿੱਚ, ਉਹਨਾਂ ਨੂੰ ਸਾਰਾ ਮਤਭੇਦ ਭੁਲਾ ਕੇ ਉੱਥੇ ਪਹੁੰਚ ਜਾਣਾ ਚਾਹੀਦਾ, ਨੌਨ ਸਿਆਸੀ ਸਿਆਸੀ ਕਹਿਣ ਦਾ ਕੋਈ ਉਹ ਨਹੀਂ ਹੈਗਾ, ਮੈਂ ਤਾਂ ਈਵਨ ਇਹ ਵੀ ਗੱਲ ਕਹਿਣਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਉੱਥੇ ਵੋਟਾਂ ਵਾਸਤੇ ਨਹੀਂ ਰੋਟੀ ਸੇਕਣ ਜਾਣਾ ਚਾਹੀਦਾ, ਉਹਨਾਂ ਨੂੰ ਆਪ ਕਿਸਾਨ ਹੋਣ ਦੇ ਨਾਤੇ ਪੰਜਾਬ ਨੂੰ ਖੁਸ਼ਹਾਲ ਦੇਖਣ ਵਾਸਤੇ ਉਹਨਾਂ ਨੂੰ ਆਰਥਿਕ ਤੌਰ 'ਤੇ ਵੀ ਅਤੇ ਮੈਨ ਪਾਵਰ ਦੇ ਤੌਰ 'ਤੇ ਵੀ ਮਦਦ ਕਰਨੀ ਚਾਹੀਦੀ ਹੈ। ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, 17 ਵਾਰੀ ਜਿਹੜਾ ਪੰਜਾਬ ਹੈ ਉਹਨੇ ਕਬਜ਼ਾ ਕਰ ਲਿਆ ਉਹਦੇ 'ਤੇ, ਅਤੇ ਮੈਨੂੰ ਐਂ ਲੱਗਦਾ ਵੀ 18ਵੀਂ ਵਾਰੀ ਕਿਤੇ ਹੁਣ ਫਿਰ ਮੌਕਾ ਨਾ ਇਹ ਦੇ ਦੇਣ ਕਿਤੇ ਸਾਨੂੰ। ਇੱਕ ਸਰ ਆਪਦੇ ਪੰਜਾਬ ਦੇ ਵਿੱਚ ਕਿਸਾਨਾਂ ਅਤੇ ਆਪਦੇ ਏਸੀ ਭਾਈਚਾਰੇ ਦੇ ਵਿੱਚ ਲੁਧਿਆਣੇ ਤੋਂ ਨੇ ਕੋਈ ਆਗੂ ਨੇ, ਉਹ ਬਹੁਤ ਗਲਤ ਸ਼ਬਦ ਬੋਲਦੇ ਨੇ ਜੱਟਾਂ ਬਾਰੇ, ਉਹਨੂੰ ਕਿਵੇਂ ਦੇਖਦੇ ਹੋ, ਬੰਦੇ ਨੂੰ ਕੋਈ ਪਾਰਟੀ ਦੇ ਨਾਲ ਦੇਖਦੇ ਹੋ ਕਿ ਕੀ ਉਹਦਾ? ਦੇਖੋ ਜੀ, ਬਾਣੀ ਦੇ ਵਿੱਚ ਲਿਖਿਆ ਹੋਇਆ ਮਾਨਸ ਕੀ ਜਾਤ ਸਭਿਆ ਏਕੇ ਪਹਿਚਾਨ ਵੋ, ਸਾਡੇ ਨਾਲ ਮੇਰੇ ਨਾਲ ਅਸੀਂ ਭਾਈਚਾਰੇ ਦੇ ਬੰਦੇ ਰਹਿੰਦੇ ਨੇ ਜ਼ਿਆਦਾਤਰ, ਕਿਉਂਕਿ ਸਾਨੂੰ ਮਜ਼ਹਬ ਹੈ ਜਿਹੜਾ ਉਹ ਸਾਨੂੰ ਸਿਖਾਉਂਦਾ ਨਹੀਂ ਵੀ ਸਾਨੂੰ ਲੜਨਾ ਆਪ 'ਚ, ਕਿਉਂਕਿ ਜਿਹੜੀ ਜਾਤ ਹੈ ਉਹ ਮਨੁੱਖ ਨੇ ਬਣਾਈ ਆ, ਜਿਹੜਾ ਕਿਸਾਨ ਹੈ ਕਿਸਾਨ ਦੀ ਕੋਈ ਉਹ ਨਹੀਂ ਹੈਗੀ ਜਾਤ। ਹੁਣ ਜਿਵੇਂ ਸਿੱਖ ਧਰਮ ਦੇ ਵਿੱਚ ਆ, ਗੁਰੂ ਸਾਹਿਬ ਨੇ ਲਿਖਿਆ ਵੀ ਜਿਹੜਾ ਸਿੱਖ ਹੈ ਉਹਦੀ ਜਾਤ ਨਹੀਂ, ਜੇ ਜਾਤ ਹੈ ਫਿਰ ਤੂੰ ਸਿੱਖ ਨਹੀਂ ਹੈਗਾ। ਬਾਕੀ ਦੇਖੋ ਉਹਨਾਂ ਦੀ ਆਪਦੀ ਸੋਚ ਹੋਊਗੀ ਉਹ ਕਿਵੇਂ ਬੋਲਦੇ ਨੇ, ਜਿਹੜੇ ਹੋਰ ਐਸੀ ਭਾਈਚਾਰੇ ਦੇ ਬੰਦੇ ਨੇ ਸਾਡੇ ਨਾਲ ਉੱਥੇ ਫਿਰਦੇ ਨੇ ਜੀ ਕਿਸਾਨੀ ਸੰਘਰਸ਼ ਦੇ ਵਿੱਚ, ਪਹਿਲਾਂ 1.5 ਸਾਲ ਰਿਹਾ ਸਾਡਾ ਟੋਲ ਪਲਾਜ਼ਾ ਦੀ ਅਸੀਂ ਤਕਰੀਬਨ ਐਸੀ ਭਾਈਚਾਰੇ ਦੇ ਨਾਲ ਬੰਦ ਕਰਦੇ ਰਹੇ ਹਾਂ, ਸੋਚ ਆਪਣੀ ਆਪਣੀ ਕਈ ਸਾਡੇ ਜੱਟ ਵੀ ਬਥੇਰੇ ਇਹੋ ਜਿਹੇ ਕਰਦੇ ਨੇ, ਕਿਸਾਨ ਕਰਦੇ ਨੇ, ਉਹਨਾਂ ਦੇ ਪ੍ਰਤੀ ਮਾੜਾ ਮੁਖੋ ਬੋਲ ਦਿੰਦੇ ਹੋਣਗੇ, ਪਰ ਅਸੀਂ ਨਹੀਂ, ਅਸੀਂ ਵੈਲਕਮ ਕਰਦੇ ਹਾਂ, ਜੇ ਸਾਨੂੰ ਮਾੜਾ ਚੰਗਾ ਕਹਿੰਦੇ ਨੇ ਤਾਂ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਭਾਈ ਅਸੀਂ ਤੁਹਾਡੇ ਭਰਾ, ਜਾਤ ਪਾਤ ਦੇ ਹਿਸਾਬ ਨਾਲ ਸਾਨੂੰ ਕਿਸੇ ਨਾਲ ਜਾਂ ਧਰਮ ਦੇ ਨਾਂ ਦੇ ਨਾਲ ਨਹੀਂ ਲੜਨਾ ਚਾਹੀਦਾ ਜਾਂ ਮੰਦਾ ਨਹੀਂ ਬੋਲਣਾ ਚਾਹੀਦਾ। ਸੋਸ਼ਲ ਮੀਡੀਆ 'ਤੇ ਇਸ ਦੀਆਂ ਗੱਲਾਂ ਵਧੀਆ ਨਹੀਂ ਲੱਗਦੀਆਂ ਹੁੰਦੀਆਂ, ਕਿਉਂਕਿ ਆਪਾਂ ਪੰਜਾਬ ਆਪਣੀ ਲੜਾਈ ਹੋਂਦ ਦੀ ਹੈ, ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਸਾਡੀ ਹੋਂਦ ਦੀ ਲੜਾਈ ਆ, ਕਿਉਂਕਿ ਤੁਸੀਂ ਦੇਖਿਆ ਹੋਊਗਾ ਵੀ ਇੰਨੇ ਵਾਰੀ ਮੁਗਲ ਆਏ, ਤੋਗਲ ਆਏ, ਅਫਗਾਨੇ ਜਿੰਨੇ ਵੀ ਆਏ ਨੇ, ਤਾਂ ਜਦੋਂ ਟਾਕਰਾ ਪਿਆ ਇੰਡੀਆ ਨੂੰ ਜਿੱਤਦੇ ਜਿੱਤਦੇ ਆ ਕੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਉਹ ਹਾਰ ਖਾਣੀ ਪੈਂਦੀ ਆ, ਉੱਥੇ ਇਹ ਨਹੀਂ ਸੀਗਾ ਵੀ ਉਹ ਐਸੀ ਭਾਈਚਾਰੇ ਦਾ ਸੀ ਜਾਂ ਉਹ ਮੁਸਲਮਾਨ ਭਾਈਚਾਰੇ ਦਾ ਸੀ ਜਾਂ ਹਿੰਦੂ ਭਾਈਚਾਰੇ ਦਾ ਸੀਗਾ। ਪੰਜਾਬ ਨੇ ਜੇ ਲੜਾਈ ਲੜੀ ਆ ਤਾਂ ਇਕੱਠੇ ਹੋ ਕੇ ਲੜੀ ਆ, ਜੇ ਕੋਈ ਬੰਦੇ ਮੇਰੇ ਵੀਰ ਕਹਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇਸ ਤਰ੍ਹਾਂ ਦੇ ਆਪਾਂ ਸ਼ਬਦ ਨਾ ਕਹੀਏ, ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਬਾਰੇ, ਪੰਜਾਬ ਦੀ ਜ਼ਿੰਦਗੀ ਨੂੰ, ਪੰਜਾਬ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਾਂ ਹੋਂਦ ਦੀ ਲੜਾਈ ਲੜੀਏ। ਇਹ ਜਿਹੜੀਆਂ ਗੱਲਾਂ ਨੇ ਇਹਦਾ ਸਾਡੇ ਅਸੀਂ ਆਪ 'ਚ ਬਹਿ ਕੇ ਵੀ ਨਿਬੇੜ ਸਕਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੇ ਜਾਤ ਪਾਤ ਧਰਮ ਦੀਆਂ ਗੱਲਾਂ ਨਾ ਕਰੀਏ, ਸਿਰਫ ਕਿਸਾਨੀ ਨੂੰ ਬਚਾਈਏ ਅਤੇ ਪੰਜਾਬ ਨੂੰ ਬਚਾਈਏ,
ਇਹ ਉਹ ਸੋਨੇ ਦੀ ਚਿੜੀ ਆ ਪੰਜਾਬ, ਜਿਹੜਾ ਅਬਦਾਲੀ ਵਰਗੇ ਆ ਕੇ ਲੁੱਟ ਕੇ ਲੈ ਜਾਂਦੇ ਸੀਗੇ ਸੋਨੇ ਦੀ ਚਿੜੀ। ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਕੋਈ ਵੀ ਜਾਤ ਪਾਤ ਦੀ ਗੱਲ ਨਾ ਕਰੀ ਜਾਵੇ ਜਾਂ ਧਰਮ ਦੀ ਲੜਾਈ ਨਾ ਕਰੀ ਜਾਵੇ। ਅਸੀਂ ਦਿੱਲੀ ਮੋਰਚੇ ਦੇ ਵਿੱਚ ਸੰਘਰਸ਼ ਦੇ ਵਿੱਚ ਮਤਲਬ ਪਹੁੰਚੀਏ। ਮੈਂ ਤਾਂ ਇਹੀ ਤਾਂ ਕਹੂੰਗਾ। ਜਿਵੇਂ ਰੁਰਦੂ ਸਿੰਘ ਮਾਨਸਾ ਜੀ ਨੇ ਅੱਗੇ ਤਾਂ ਧਰਨੇ 'ਤੇ ਪਹੁੰਚ ਕੇ ਦੀ ਇਸ ਟਾਈਮ ਇੱਕ ਤਾਂ ਹਰਿਆਣੇ ਦੇ ਚੂਨੀ ਸਾਹਿਬ ਨੇ ਗੁਰਨਾਮ ਸਿੰਘ ਕੀ ਹੈ ਜੀ, ਕਈ ਜਥੇਬੰਦੀਆਂ ਨੇ ਜਿਹੜੀਆਂ ਹਜੇ ਪਹੁੰਚ ਹੀ ਨਹੀਂ ਰਹੀਆਂ ਜੀ, ਇਹਨਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਜੀ? ਮੈਂ ਉਹਨਾਂ ਨੂੰ ਅਪੀਲ ਕਰੀਏ ਜੀ ਪਹਿਲਾਂ ਵੀ ਜਿਹੜੇ ਬੰਦੇ ਜਥੇਬੰਦੀਆਂ ਦੇ ਆਗੂ ਨਹੀਂ, ਪਰ ਇੱਕ ਗੱਲ ਜ਼ਰੂਰ ਆ ਸਰ, ਜਥੇਬੰਦੀਆਂ ਦੇ ਆਗੂ ਨਹੀਂ ਗਏ, ਜਥੇਬੰਦੀਆਂ ਦੇ ਜਿਹੜੇ ਬੰਦੇ ਨੇ ਉਹ ਪਹੁੰਚ ਗਏ ਨੇ। ਅਗਰਾਹਾਂ ਗਰੁੱਪ ਦੇ ਮੇਰਾ ਖਿਆਲ ਹੈ 50% ਬੰਦੇ ਉੱਥੇ ਪਹੁੰਚੇ ਹੋਏ ਨੇ, ਚੜੂਨੀ ਸਾਹਿਬ ਦੇ ਵੀ ਪਹੁੰਚੇ ਹੋਏ, ਹਰਿਆਣੇ ਦੇ ਵਿੱਚ ਹੁਣ ਚੜੂਨੀ ਗਰੁੱਪ ਸੀਗਾ। ਤੁਹਾਨੂੰ ਪਤਾ ਵੀ ਹਰਿਆਣੇ ਦੇ ਵਿੱਚ ਫਿਰ ਲੋਕ ਤੁਰ ਚੱਲ ਪਏ। ਜੇ ਰੁਰਦੂ ਸਿੰਘ ਦੀ ਗੱਲ ਕਰਦੇ ਹੋ ਮਾਨਸਾ ਦੇ, ਮਾਨਸਾ ਦੇ ਬੰਦੇ ਸਾਡੇ ਪਹੁੰਚੇ ਹੋਏ ਨੇ ਉੱਥੇ। ਇਹ ਜਣੀ ਆਏ ਆ ਵੀ ਉਹ ਆਪਣੇ ਆਪ 'ਚ ਇੱਕ ਦੂਜੇ 'ਚ ਹਉਮੈ ਵਾਲੀ ਈਗੋ ਵਾਲੀ ਗੱਲ ਹੋ ਜਾਂਦੀ, ਮੈਂ ਉਹਦੇ ਨਾਲ ਨਹੀਂ ਜਾਣਾ। ਮੈਂ ਇਹੀ ਪਹਿਲੇ ਨੰਬਰ 'ਤੇ ਬੇਨਤੀ ਕਰੀ ਹੈ ਵੀ ਸਾਨੂੰ ਉਹ ਚੀਜ਼ਾਂ ਛੱਡ ਕੇ, ਵੈਰ ਵਿਰੋਧ ਛੱਡ ਕੇ, ਸਾਨੂੰ ਇੱਕ ਸਾਡੇ ਪੰਜਾਬ ਆਪਣੇ ਘਰ ਪਿੱਛੇ ਲੜਨ ਦੀ ਲੋੜ ਆ ਸਾਨੂੰ। ਹੋਰ ਸਾਰੇ ਪੰਜਾਬ ਵਾਸੀਆਂ ਨੂੰ ਕੋਈ ਅਪੀਲ ਕਰਨੀ ਚਾਹੂੰ ਵੀ ਧਰਨੇ 'ਤੇ ਵੱਧ ਤੋਂ ਵੱਧ ਪਹੁੰਚਿਆ ਜਾਵੇ? ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਬਿਨਾਂ ਜਾਤ ਪਾਤ ਤੋਂ, ਬਿਨਾਂ ਧਰਮ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਸਾਥ ਦਿੱਤਾ ਜਾਵੇ ਅਤੇ ਪੰਜਾਬ ਨੂੰ ਬਚਾਇਆ ਜਾਵੇ। ਕਿਉਂਕਿ ਜੇ ਪੰਜਾਬ ਬਚੂਗਾ ਤਾਂ ਕਿਸਾਨ ਬਚੂਗਾ, ਜੇ ਕਿਸਾਨ ਬਚੂਗਾ ਜਿਹੜੇ ਦੁਕਾਨਦਾਰ ਵੀਰ ਨੇ, ਜਿਹੜੇ ਗਰੀਬ ਬੰਦੇ ਨੇ, ਸਾਡੇ ਦਿਹਾੜੀਦਾਰ ਭਾਈ ਨੇ ਵਿਚਾਰਾ, ਤਾਂ ਉਹ ਬਚੂਗਾ। ਜੇ ਪੰਜਾਬ ਬਚਾ ਲਿਆ ਤਾਂ ਸਮਝ ਲਓ ਵੀ ਇੰਡੀਆ ਬਚ ਜੂਗਾ। ਕਿਉਂਕਿ ਇੰਡੀਆ ਦੇ ਹਾਲਾਤ ਥੋੜ੍ਹੇ ਜਿਹੇ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਕਾਫੀ ਥਾਵਾਂ ਦੇ ਉੱਤੇ, ਅਤੇ ਉਹਦੇ ਬਾਰੇ ਮੈਂ ਜ਼ਰੂਰ ਕਹੂੰਗਾ। ਕਿਉਂਕਿ ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ ਵੇਲੇ ਬੜਾ ਜਲੂਸ ਕੱਢਿਆ, ਕਾਲਾ ਧਨ ਕੱਢਾਂਗੇ, 15-15 ਲੱਖ ਰੁਪਇਆ ਖਾਤੇ 'ਚ ਪਾਵਾਂਗੇ। ਹੁਣ ਤੱਕ ਉਹਨਾਂ ਤੋਂ 15 ਲੱਖ ਤਾਂ 15 ਲੱਖ 15 ਰੁਪਈਏ ਨਹੀਂ ਪਏ ਹੈਗੇ। ਇਹ ਇੱਕ ਜਿਵੇਂ ਊਠ ਦੇ ਬੁੱਲ ਲਮਕਦਾ ਹੁੰਦਾ, ਬਸ ਉਹਦੇ ਬੁੱਲ ਕਰੀ ਕੁੱਤਾ ਝੱਕ ਹੀ ਜਾਂਦਾ ਵੀ ਥੱਲੇ ਗਿਰੂਗਾ, ਉਹਨੇ ਬੁੱਲ ਨੇ ਗਿਰਨਾ ਨਹੀਂ ਹੈਗਾ ਅਤੇ ਕੁੱਤਾ ਦੇਖੀ ਜਾਊਗਾ। ਉਹੀ ਹਾਲ ਸਾਡਾ ਕੇਂਦਰ ਸਰਕਾਰ ਨੇ ਸਾਡੇ ਗਰੀਬ ਜਨਤਾ ਦਾ ਵੀ ਕਰਿਆ ਹੋਇਆ, ਸਾਡੇ ਬੰਦੇ ਜਿਹੜੇ ਆਮ ਨੇ ਉਹਨਾਂ ਦਾ ਵੀ ਕਰਿਆ ਹੋਇਆ। ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਸ ਸੰਘਰਸ਼ ਨੂੰ ਲੰਬਾ ਨਾ ਜਾਣ ਦਿੱਤਾ ਜਾਵੇ। ਜਿਹੜੀਆਂ ਮੰਗਾਂ ਨੇ ਉਹ ਸ਼ਾਂਤਮਈ ਢੰਗ ਦੇ ਨਾਲ ਬੈਠ ਕੇ, ਕਿਉਂਕਿ ਕੋਈ ਵੀ ਮਸਲੇ ਨੇ ਉਹ ਬੈਠ ਕੇ ਨਿਬੜਦੇ ਹੁੰਦੇ ਨੇ। ਸੰਘਰਸ਼ ਉਦੋਂ ਕਰਨਾ ਪੈਂਦਾ ਜਦੋਂ ਕਹਿੰਦੇ ਨੇ ਵੀ ਮਾਂ ਹੈ ਜਿਹੜੀ ਉਹ ਬੱਚੇ ਨੂੰ ਦੁੱਧ ਨਹੀਂ ਦਿੰਦੀ ਜਦ ਤੱਕ ਮਾਂ ਬੱਚਾ ਰੋਵੇ ਨਾ, ਕਿਉਂਕਿ ਹੱਕ ਮੰਗਣ ਵਾਸਤੇ ਫਿਰ ਕੁਛ ਨਾ ਕੁਛ ਚੱਕਣਾ ਪੈਂਦਾ। ਸਿੱਖ ਧਰਮ ਦੇ ਵਿੱਚ ਕਿਹਾ ਵੀ ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ, ਜੇ ਕੋਈ ਬਾਣ ਲੱਗਿਆ ਤਾਂ ਹੀ ਇਹ ਰੋਸ ਜਾਗਿਆ, ਤਾਂ ਹੀ ਇਹ ਜਿਹੜੀ ਕਿਸਾਨੀ ਸੰਘਰਸ਼ ਹੈ ਇਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ, ਹਿੰਦੂ ਭਾਈਚਾਰਾ ਵੀ, ਈਸਾਈ ਭਾਈਚਾਰਾ ਵੀ, ਸਿੱਖ ਭਾਈਚਾਰਾ ਵੀ, ਸਾਰੇ ਜਿਹੜੇ ਲੋਕ ਨੇ ਉਹ ਜਾ ਰਹੇ ਨੇ। ਆਹ ਹੁਣ ਮੇਰੇ ਨਾਲ ਬੈਠੇ ਨੇ ਇੱਧਰ ਆਪਣੇ ਰਾਜ ਮੁਹੰਮਦ, ਇਹ ਮੁਸਲਮਾਨ ਨੇ, ਇੱਧਰ ਵੀ ਨੇ ਸਾਡੇ ਓਬੀ ਜੀ, ਇਹ ਸਾਡੇ ਬਹੁਤ ਵਧੀਆ ਨੇ, ਇੱਧਰ ਸਿਰਾਜ ਮੁਹੰਮਦ ਨੇ ਜੀ, ਇੱਧਰ ਇਹ ਸਾਡਾ ਬੇਟਾ ਹੈ। ਮਤਲਬ ਕਹਿਣ ਦਾ ਇਹ ਆ ਵੀ ਸਾਰੇ ਕੋਈ ਬਿਨਾਂ ਜਾਤ ਬਿਨਾਂ ਧਰਮ ਤੋਂ ਅਸੀਂ ਉਰੇ ਬੈਠੇ ਹਾਂ, ਅਸੀਂ ਸਾਰੇ ਇਕੱਠੇ ਹਾਂ। ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਛੇਤੀ ਤੋਂ ਛੇਤੀ ਕਿਸਾਨੀ ਸੰਘਰਸ਼ ਦੀ ਬੈਠ ਕੇ ਨਿਬੇੜੋ ਇਹਨੂੰ। ਨਹੀਂ ਫਿਰ ਦੇਖੋ ਕਹਿੰਦੇ ਨੇ ਵੀ ਦਿੱਲੀ ਦੂਰ ਨਹੀਂ, ਕਿਉਂਕਿ ਅਸੀਂ ਤਾਂ ਉਰੇ ਵੀ ਬੈਠੇ ਹਾਂ, ਗੱਲ ਤਾਂ ਦਿੱਲੀ ਤੱਕ ਉਰੇ ਵੀ ਪਹੁੰਚੀ ਹੋਈ ਆ ਆਲ ਵਰਲਡ ਦੇ ਵਿੱਚ। ਕਿਉਂਕਿ ਇਸ ਵਾਰੀ ਮੀਡੀਆ ਜਿਹੜਾ ਸੋਸ਼ਲ ਮੀਡੀਆ ਨਹੀਂ ਬਾਕੀ ਮੀਡੀਆ ਜਿਹੜਾ ਉਹ ਵੀ ਬਹੁਤ ਵਧੀਆ ਮਦਦ ਕਰ ਰਿਹਾ। ਇਸ ਕਰਕੇ ਹੁਣ ਜਿੰਨੇ ਵੀ ਬਾਹਰਲੇ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਮਤਲਬ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾਂਦੀ ਹੈ। ਧੰਨਵਾਦ ਜੀ ਬਹੁਤ।